ਸਾਡਾ ਸਰੀਰ ਉਸਨੂੰ ਮਿਲੀ ਵਡਮੁੱਲੀ ਦੇਣ ਹੈ। ਮਨੁੱਖ ਆਪਣੇ ਸਰੀਰ ਨੂੰ ਸਾਧ ਕੇ ਆਪਣੇ ਜੀਵਨ ਦੇ ਵਿੱਚ ਹਰ ਤਰ੍ਹਾਂ ਦੀਆਂ ਪ੍ਰਾਪਤੀਆਂ ਹਾਸਲ ਕਰਦਾ ਹੈ। ਸਰੀਰ ਹੀ ਉਹ ਜ਼ਰੀਆ ਹੈ ਜਿਸ ਨੂੰ ਸਾਧ ਕੇ ਰਿਸ਼ੀਆਂ ਮੁਨੀਆਂ ਨੇ ਆਤਮਾ ਦਾ ਪਰਮਾਤਮਾ ਨਾਲ ਮਿਲਨ ਕਰਵਾ ਦਿੱਤਾ। ਸਰੀਰ ਦੀ ਤਾਕਤ ਜਾਂ ਇਸ ਦੀ ਸ਼ਮਤਾ ਆਮ ਆਦਮੀ ਦੀ ਸੋਚ ਤੋਂ ਕਿਤੇ ਅਗਾਹ ਹੈ। ਸਰੀਰਕ ਸ਼ਮਤਾ ਬਿਓਨ ਦਿਲ ਲਿਮਿਟ ਹੁੰਦੀ ਹੈ। ਬਸ ਇਸ ਨੂੰ ਸਾਧਨ ਦੇ ਲਈ ਕਠੋਰ ਤਪੱਸਿਆ, ਲਗਨ, ਮਿਹਨਤ ਅਤੇ ਧਿਆਨ ਦੀ ਜ਼ਰੂਰਤ ਪੈਂਦੀ ਹੈ। ਇਸ ਸਾਰੇ ਕਥਨ ਨੂੰ ਸੱਚ ਕਰ ਵਿਖਾਇਆ ਹੈ ਰਣਜੀਤ ਪਾਲ ਪਾਬਲਾ ਨੇ, ਜਿਨ੍ਹਾਂ ਨੇ ਸਰੀਰ ਨੂੰ ਇਸ ਤਰ੍ਹਾਂ ਟ੍ਰੇਨ ਕੀਤਾ ਹੈ ਕਿ ਆਮ ਆਦਮੀ ਦਾ ਉਹਨਾਂ ਦੇ ਸਤਰ ਤੱਕ ਆਉਣਾ ਅਸੰਭਵ ਜਿਹਾ ਜਾਪਦਾ ਹੈ। ਰਣਜੀਤ ਪਾਲ ਪਾਬਲਾ ਨੇ ਕਠਿਨ ਮਿਹਨਤ ਅਤੇ ਜਜ਼ਬੇ ਦੇ ਨਾਲ ਸਰੀਰ ਨਾਲ ਉਹ ਉਪਲਬਧੀਆਂ ਹਾਸਲ ਕੀਤੀਆਂ ਹਨ ਕਿ ਅਸੀਂ ਉਸਨੂੰ ਸੁਪਰ ਹਿਊਮਨ ਪੁਕਾਰ ਸਕਦੇ ਹਾਂ। ਜੀ ਹਾਂ, ਆਮ ਮਨੁੱਖ ਦੀ ਪਹੁੰਚ ਤੋਂ ਬਾਹਰ ਜਾ ਕੇ ਕੁਝ ਕਰ ਵਿਖਾਉਣ ਵਾਲੇ ਨੂੰ ਸੁਪਰ ਹਿਊਮਨ ਹੀ ਕਿਹਾ ਜਾਂਦਾ ਹੈ। ਰਣਜੀਤ ਪਾਲ ਪਾਬਲਾ ਨੇ ਰੱਸੀ ਟੱਪਣ ਜਾਂ ਜਿਸ ਨੂੰ ਸਕਿਪਿੰਗ ਕਹਿੰਦੇ ਹਨ ਉਸਦੇ ਵਿੱਚ ਕਈ ਰਿਕਾਰਡ ਕਾਇਮ ਕੀਤੇ ਹਨ। ਉਹਨਾਂ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਹੈ। ਫਿਟਨੈਸ ਤਾਂ ਹਰ ਬੰਦੇ ਲਈ ਜ਼ਰੂਰੀ ਹੈ, ਭਾਵੇਂ ਉਹ ਕਿਸੇ ਵੀ ਫੀਲਡ ਦੇ ਵਿੱਚ ਹੋਵੇ। ਜਿੰਨਾ ਚਿਰ ਤੁਹਾਡੇ ਅੰਦਰ ਸਾਹ ਆ ਚੱਲਦਾ, ਉਨਾ ਚਿਰ ਤੁਸੀਂ ਆਪਣੀ ਐਕਸਰਸਾਈਜ਼ ਕਰ ਸਕਦੇ ਆ। ਔਰ ਮੇਰਾ ਜੋ ਰਿਕਾਰਡ ਹੈ ਲਿਮਕਾ ਰਿਕਾਰਡ ਬੁੱਕ ਦੇ ਵਿੱਚ ਹੈ, ਜੋ ਕਿ ਵਰਲਡ ਰਿਕਾਰਡ ਹੈ, ਉਹ ਰੱਸੀ ਕੁੱਦਣ ਦੇ ਵਿੱਚ ਆ ਜੰਪ ਰੋਪ ਦੇ ਵਿੱਚ। ਔਰ 2005 ਦੇ ਵਿੱਚ ਮੈਂ ਫਸਟ ਟਾਈਮ ਜੋ ਆਪਣਾ ਰਿਕਾਰਡ ਬਣਾਇਆ ਸੀ ਉਹ ਮੇਰਾ ਸੀ ਬਿਲਕੁਲ ਸ਼ੋਰਟੈਸਟ ਰਿਕਾਰਡ ਸੀ ਔਰ ਫਾਸਟ ਸਕਿਪਿੰਗ ਸੀ। 15 ਸੈਕਿੰਡ ਵਿੱਚ 136 ਵਾਰ ਮੈਂ ਰੱਸੀ ਟੱਪ ਕੇ ਲਿਮਕਾ ਵਾਸਤੇ ਵਰਲਡ ਰਿਕਾਰਡ ਬਣਾਇਆ ਸੀ, ਜੋ ਕਿ ਲਿਮਕਾ ਰੋਡ ਦਰਜ ਆ ਅੱਜ। ਔਰ ਉਸ ਤੋਂ ਬਾਅਦ ਮੈਂ ਆਪਣੀ ਪ੍ਰੈਕਟਿਸ ਵਿੱਚ ਰੱਸੀ ਟੱਪਦਾ ਰਿਹਾ, ਐਕਸਰਸਾਈਜ਼ ਕਰਦਾ ਰਿਹਾ ਫਿਟਨੈਸ ਵਾਸਤੇ। ਔਰ ਫਿਰ ਮੇਰਾ ਗਿਨੀਜ਼ ਦੇ ਨਾਲ ਕੰਟੈਕਟ ਹੋਇਆ ਔਰ ਕਾਫੀ ਜਦੋਂ ਜਹਿਦ ਦੇ ਬਾਅਦ ਫਿਰ ਮੈਨੂੰ ਉਹਨਾਂ ਨੇ ਜਰਮਨ ਦੇ ਵਿੱਚ ਬੁਲਾਇਆ ਕਿ ਆਪਣੀ ਅਟੈਂਪਟ ਤੁਸੀਂ ਸਾਡੇ ਕੋਲ ਆ ਕੇ ਕਰੋ। ਮੈਂ ਜਰਮਨ ਦੇ ਵਿੱਚ 2008 ਦੇ ਵਿੱਚ ਆਪਣੀ ਅਟੈਂਪਟ ਕੀਤੀ, ਉਹਨਾਂ ਦਾ 251 ਦਾ ਰਿਕਾਰਡ ਬੀਟ ਕਰਕੇ ਮੈਂ 256 ਕੀਤੀ। ਅਤੇ 2010 ਦੇ ਵਿੱਚ ਫਿਰ ਮੈਂ ਜਰਮਨ ਗਿਆ ਅਤੇ ਉੱਥੇ ਫਿਰ ਮੈਂ ਆਪਣਾ ਰਿਕਾਰਡ ਜਿਹੜਾ ਬਣਾਇਆ 276 ਦਾ 1 ਮਿੰਟ ਦੇ ਵਿੱਚ, ਜਿਹੜਾ ਕਿ ਮੇਰਾ ਵਰਲਡ ਰਿਕਾਰਡ ਹੈ, ਓਪਨ ਵਰਲਡ ਰਿਕਾਰਡ ਹੈ। ਉਹ ਰੱਸੀ ਟੱਪਣ ਦੇ ਵਿੱਚ ਇੰਨੇ ਐਕਸਪਰਟ ਹਨ ਕਿ ਅੱਖ ਝਪਕਣ ਤੋਂ ਵੀ ਕਿਤੇ ਤੇਜ਼ੀ ਦੇ ਨਾਲ ਰੱਸੀ ਟੱਪਦੇ ਹਨ। ਉਹਨਾਂ ਨੂੰ ਇਸ ਤਰ੍ਹਾਂ ਜੌਹਰ ਵਿਖਾਉਂਦਿਆਂ ਵੇਖ ਕੇ ਹਰ ਕੋਈ ਹੈਰਾਨੀ ਦੇ ਨਾਲ ਉਹਨਾਂ ਨੂੰ ਤੱਕਦਾ ਰਹਿ ਜਾਂਦਾ ਹੈ। ਉਹਨਾਂ ਨੇ ਸਕਿਪਿੰਗ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਕਈ ਉਪਲਬਧੀਆਂ ਵੀ ਹਾਸਲ ਕੀਤੀਆਂ ਹਨ ਅਤੇ ਅਣਗਿਣਤ ਰਿਕਾਰਡ ਵੀ ਬਣਾਏ ਹਨ। 1 ਮਿੰਟ ਦੇ ਵਿੱਚ 276 ਵਾਰੀ ਰੱਸੀ ਟੱਪਣ ਦਾ ਵਰਲਡ ਰਿਕਾਰਡ ਅਜੇ ਵੀ ਉਹਨਾਂ ਦੇ ਨਾਂ 'ਤੇ ਹੈ। ਉਹ ਹੁਣ ਤੱਕ ਕਈ ਦੇਸ਼ਾਂ ਦਾ ਦੌਰਾ ਕਰ ਚੁੱਕੇ ਹਨ। ਉਹਨਾਂ ਨੇ ਆਪਣੀਆਂ ਇਹਨਾਂ ਅਚੀਵਮੈਂਟਸ ਦੇ ਨਾਲ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਰਣਜੀਤ ਪਾਲ ਪਾਬਲਾ, ਜਿਨ੍ਹਾਂ ਦੀ ਉਮਰ ਹੁਣ 55 ਸਾਲ ਦੇ ਕਰੀਬ ਹੈ, ਉਹ ਬੋਡੀ ਬਿਲਡਿੰਗ ਦੇ ਮਾਹਿਰ ਖਿਲਾੜੀ ਹਨ। ਉਹਨਾਂ ਬੋਡੀ ਬਿਲਡਿੰਗ ਦੇ ਵਿੱਚ ਨੈਸ਼ਨਲ ਲੈਵਲ ਦੇ ਕਈ ਟਾਈਟਲ ਵੀ ਜਿੱਤੇ ਹਨ। ਉਹਨਾਂ ਦੀ ਸ਼ੁਰੂਆਤ ਆਮ ਇਨਸਾਨਾਂ ਵਰਗੀ ਸੀ। ਖੇਡਾਂ ਦੇ ਪ੍ਰਤੀ ਲਗਾਅ ਹੋਣ ਕਰਕੇ ਜਦ ਉਹਨਾਂ ਨੇ ਇੱਕ ਦਿਨ ਬੱਚਿਆਂ ਨੂੰ ਰੱਸੀ ਟੱਪਦੇ ਵੇਖਿਆ ਤਾਂ ਮਨ ਦੇ ਵਿੱਚ ਖਿਆਲ ਆਇਆ ਕਿ ਉਹ ਇਸ ਨੂੰ ਬਿਹਤਰ ਕਰ ਸਕਦੇ ਹਨ। ਬਸ ਉਸ ਦਿਨ ਰੱਸੀ ਫੜਦਿਆਂ ਹੀ ਉਹਨਾਂ ਨੇ ਆਪਣੇ ਸਰੀਰ ਦੀ ਉਸ ਡੋਰ ਨੂੰ ਵੀ ਫੜ ਲਿਆ ਜਿਸ ਨਾਲ ਉਹ ਆਪਣੀ ਜ਼ਿੰਦਗੀ ਦੀ ਗੁੱਡੀ ਨੂੰ ਬੁਲੰਦੀਆਂ ਵੱਲ ਲਿਜਾ ਸਕਦੇ ਸਨ ਅਤੇ ਉਹਨਾਂ ਨੇ ਬੇਸ਼ੁਮਾਰ ਬੁਲੰਦੀਆਂ ਵੀ ਹਾਸਿਲ ਕੀਤੀਆਂ ਹਨ।